ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਵਾਹਿਗੁਰੂ ਮੇਰੇ ਕਰਨ ਸਦਾ ਚੜ੍ਹਦੀ ਕਲਾ ਚੜ੍ਹਾਓ ਜੀ। ਸੋ ਕਾਫ਼ੀ ਲੰਬੇ ਟਾਈਮ ਤੋਂ ਆਪਾਂ ਇਹ ਸੋਚ ਵਿਚਾਰ ਕਰ ਰਹੇ ਸੀਗੇ ਕਿ ਜੋ ਆਪਾਂ ਕੰਮ ਕਰਦੇ ਹਾਂ ਕਾਫ਼ੀ ਲੰਬੇ ਟਾਈਮ ਤੋਂ, ਉਹਨੂੰ ਜੋ ਹੈ ਉਹ ਆਪਾਂ ਇੱਕ ਐਨ ਜੀ ਓ ਬਣਾ ਕੇ ਅੱਗੇ ਵਧਾਇਆ ਜਾਏ। ਸੋ ਕੋਸ਼ਿਸ਼ ਹੈਗੀ ਹੈ, ਅੱਜ ਮੈਂ ਇੱਥੇ ਆਇਆ ਨੌਰਥ ਈਸਟ ਰਜਿਸਟਰੀ ਸੈਂਡਰਿਜ ਕੈਲਗਰੀ ਦੇ ਵਿੱਚ, ਔਰ ਕੋਸ਼ਿਸ਼ ਹੈ ਕਿ ਇੱਕ ਜੋ ਆਪਾਂ ਸੋਸਾਇਟੀ ਹੈ, ਐਨ ਜੀ ਓ ਹੈ, ਨੋਨ ਗਵਰਮੈਂਟਲ ਔਰਗਨਾਈਜੇਸ਼ਨ, ਇਹਨੂੰ ਆਪਾਂ ਰਜਿਸਟਰ। ਸੋ ਅੱਜ ਆਪਾਂ ਇੱਥੇ ਆਪਣੀ ਜੋ ਸੋਸਾਇਟੀ ਹੈ ਜਾਂ ਨੋਨ ਗਵਰਮੈਂਟਲ ਔਰਗਨਾਈਜੇਸ਼ਨ ਹੈ, ਹਰਨੇਕ ਰੰਧਾਵਾ ਹੈਲਪਲਾਈਨ ਗਰੁੱਪ ਕੈਨੇਡਾ, ਉਹਨੂੰ ਆਪਾਂ ਰਜਿਸਟਰ ਕਰਾਉਣ ਵਾਸਤੇ ਆਏ ਹਾਂ। ਸੋ ਐਪਲੀਕੇਸ਼ਨ ਫੋਰਮ ਵਗੈਰਾ ਜਿਹੜੇ ਹੈਗੇ ਨੇ ਉਹ ਆਪਾਂ ਲੈ ਲਏ ਨੇ, ਬਾਕੀ ਗੱਲਬਾਤ ਵੀ ਹੋਈ ਹੈ। ਲੈਟ ਸੀ ਹੁਣ ਅੱਗੇ ਦੀ ਜੋ ਕਾਰਵਾਈ ਹੈ, ਕੋਸ਼ਿਸ਼ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੋ ਜਾਏ, ਔਰ ਇਨ ਕੇਸ ਅਗਰ ਅਪਰੂਵਲ ਮਿਲ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ। ਬਾਕੀ ਇਸ ਦੌਰਾਨ ਜੋ ਵੀ ਓਬਸਟੀਕਲਸ ਆਉਣਗੀਆਂ ਉਹਦਾ ਦੇਖਣੀਆਂ ਪੈਣੀਆਂ ਨੇ, ਬਾਕੀ ਕੋਸ਼ਿਸ਼ ਹੈਗੀ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਹੋ ਜਾਏ ਕੰਮ, ਕਿਉਂਕਿ ਬਹੁਤ ਕੰਮ ਨੇ ਜੋ ਰਜਿਸਟਰ ਕਰਨ ਤੋਂ ਬਾਅਦ ਅਸੀਂ ਬਹੁਤ ਵਧੀਆ ਤਰੀਕੇ ਨਾਲ, ਜ਼ਿਆਦਾ ਟ੍ਰਾਂਸਪੇਰੈਂਟ ਤਰੀਕੇ ਨਾਲ ਕਰ ਪਾਵਾਂਗੇ, ਕਿਉਂਕਿ ਅਜੇ ਕੋਈ ਨਾ ਕੋਈ ਲੀਗਲ ਓਬਲੀਗੇਸ਼ਨਸ ਰਹਿੰਦੀਆਂ ਨੇ ਉਹਦੇ 'ਚ। ਸੋ ਇੱਕ ਵਾਰ ਜਦੋਂ ਇਹ ਕੰਮ ਹੋ ਗਿਆ ਤਾਂ ਫਿਰ ਵਾਹਿਗੁਰੂ ਮਿਹਰ ਕੀਤੀ, ਕਿਉਂਕਿ ਇਹ ਨਾਲੇ ਬਹੁਤ ਸਾਲਾਂ ਤੋਂ, ਨਥਿੰਗ ਲੈਸ ਦੈਨ ਪਿਛਲੇ ਕੋਈ 10 ਜਾਂ 15 ਸਾਲਾਂ ਤੋਂ ਇਹ ਮੇਰਾ ਡਰੀਮ ਹੈ, ਇਹ ਮੇਰਾ ਸੁਪਨਾ ਹੈ ਕਿ ਵਾਹਿਗੁਰੂ ਕੋਈ ਇਹੋ ਜਿਹਾ ਦਿਨ ਲਿਆਵੇ ਕਿ ਮੈਂ ਜੋ ਆਪਣੀ ਸੰਸਥਾ ਹੈ ਉਹ ਬਣਾ ਸਕਾਂ, ਔਰ ਫਿਰ ਜੋ ਆਪਾਂ ਕੰਮ ਕਰਦੇ ਹਾਂ ਉਹ ਫਿਰ ਉਹਨੂੰ ਇੱਕ ਪਰਮਾਨੈਂਟ ਇਹੋ ਜਿਹਾ ਪਲੇਟਫਾਰਮ ਔਰ ਇੱਕ ਸੋਲਿਡ ਪਲੇਟਫਾਰਮ ਮਿਲੇਗਾ ਜਿਹਦੇ ਨਾਲ ਆਪਾਂ ਸਾਰੇ ਕੰਮ ਜਿਹੜੇ ਨੇ ਉਹ ਆਰਾਮ ਨਾਲ, ਤਸੱਲੀ ਨਾਲ, ਔਰ ਬੜੇ ਸਹੀ ਤਰੀਕੇ ਨਾਲ, ਲੀਗਲ ਤਰੀਕੇ ਨਾਲ, ਬਿਲਕੁਲ, ਕਿਉਂਕਿ ਅੱਜ ਤੱਕ ਤਾਂ ਇਨਲੀਗਲ ਤਾਂ ਆਪਾਂ ਹੁਣ ਵੀ ਕੁਛ ਨਹੀਂ ਕਰਦੇ, ਲੇਕਿਨ ਕੀ ਹੈ ਕਿ ਫਿਰ ਜਦੋਂ ਤੁਸੀਂ ਰਜਿਸਟਰਡ ਹੋ ਜਾਂਦੇ ਹੋ ਤਾਂ ਫਿਰ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਪਰਫੋਰਮ ਹੁੰਦੀਆਂ ਨੇ। ਇਹਦੇ ਵਿੱਚ ਜਿਹੜੀ ਇੱਕ ਦੋ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਕਿ ਜਿੱਦਾਂ ਇੱਕ ਬੋਰਡ ਆਫ ਗਵਰਨਰ ਹੁੰਦਾ, ਉਹਦੇ ਵਿੱਚ ਤੁਸੀਂ 4 ਜਾਂ 5 ਬੰਦੇ ਐਡ ਹੁੰਦੇ ਹੋ, ਬਟ ਆਪਣੀ ਸੋਚ ਦਾ ਬੰਦਾ ਮਿਲਣਾ ਔਰ ਐਸਾ ਬੰਦਾ ਮਿਲਣਾ ਜਿਹੜਾ ਵਾਕਈ ਦੂਜਾ ਦਰਦ ਦੁੱਖ ਦਰਦ ਮਹਿਸੂਸ ਕਰ ਸਕਦਾ ਹੋਵੇ, ਇਨਸਟੈਡ ਕਿ ਅਗਰ ਬੰਦਾ ਇਹ ਸੋਚਦਾ ਕਿ ਚਲੋ ਮੈਂ ਵੀ, ਮੈਨੂੰ ਵੀ ਅਗਰ ਇਹਦੇ ਵਿੱਚ ਪਾਰਟਨਰ ਬਣਾ ਲੈਂਦੇ ਹਾਂ ਤਾਂ ਮੇਰਾ ਵੀ ਕੋਈ ਪ੍ਰੋਫਿਟ ਹੋਏਗਾ, ਤਾਂ ਫਿਰ ਬਹੁਤ ਔਖਾ ਹੈ। ਸੋ ਪ੍ਰੋਬਲਮ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈ ਇੰਨਾ ਕਿ ਉਹ ਇਹਨਾਂ ਕੰਮਾਂ ਵਾਸਤੇ ਆਪਣਾ ਜਿਹੜਾ ਹੈ ਉਹ ਰਿਸੋਰਸਿਸ ਔਰ ਆਪਣੀ ਜਿਹੜੀ ਐਫਰਟਸ ਲਗਾਵੇ, ਅਤੇ ਜੇ ਕੋਈ ਮਿਲਦਾ ਹੈ ਤਾਂ ਉਹਦਾ ਇਹ ਬੈਕਡ੍ਰੋ ਹੈ ਕਿ ਉਹਨੇ ਪਤਾ ਨਹੀਂ ਕਿਸ ਟਾਈਮ ਕੀ ਰਫੜ ਪਾ ਕੇ ਬਹਿ ਜਾਣਾ, ਇੰਝ ਕਰੋ ਜੀ, ਇੰਝ ਕਰੋ ਜੀ, ਇੰਝ ਕਰੋ ਜੀ, ਔਰ ਦਿਲੋਂ ਦੂਸਰੇ ਦਾ ਦੁੱਖ ਤਕਲੀਫ ਮਹਿਸੂਸ ਕਰਨ ਵਾਲੇ ਦੁਨੀਆਂ 'ਚ ਬਹੁਤ ਥੋੜ੍ਹੇ ਹੁੰਦੇ ਆ। ਸੋ ਇਹੋ ਜਿਹੇ 2-4-5 ਬੰਦੇ ਲੱਭਣੇ ਵੀ ਔਖੇ ਆ, ਕਿਉਂਕਿ ਸਟਾਰਟਿੰਗ ਦੇ ਵਿੱਚ ਸਾਰੇ ਬਹੁਤ ਸੋਹਣੇ ਔਰ ਬਹੁਤ ਵਧੀਆ ਲੱਗਦੇ ਆ, ਲੇਕਿਨ ਜਿਉਂ ਜਿਉਂ ਤੁਸੀਂ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰਦੇ ਹੋ ਤਾਂ ਕਰ ਫਿਰ ਬਾਅਦ 'ਚ ਪਤਾ ਲੱਗਦਾ ਕਿ ਹਰ ਬੰਦੇ ਦਾ ਕੋਈ ਨਾ ਕੋਈ ਹਿਡਨ ਏਜੰਡਾ ਹੈ, ਉਹ ਹਰ ਬੰਦਾ ਕਿਸੇ ਨਾ ਕਿਸੇ ਇਹੋ ਜਿਹੇ ਚੱਕਰ ਦੇ ਵਿੱਚ ਹੈ ਕਿ ਮੇਰਾ ਕਿਤੋਂ ਕੁਛ ਬਣ ਜੇ। ਅਤੇ ਮੈਂ ਸੋਚਦਾ ਹੁੰਦਾ ਕਿ ਪੈਸਾ ਕਿੰਨਾ ਕਮਾ ਲਓਗੇ, ਸਾਰੀ ਉਮਰ ਇੱਥੇ ਬੈਠੇ ਰਹਿਣਾ, ਅੱਗੇ ਵੀ ਤਾਂ ਜਾਣਾ ਕਿ ਨਹੀਂ ਜਾਣਾ। ਸੋ ਆਖਰਤ ਦੀ ਜੋ ਸੋਚ ਹੈ ਉਹ ਵੀ ਬੰਦੇ ਨੂੰ ਰੱਖਣੀ ਜ਼ਰੂਰੀ ਹੈ। ਅਤੇ ਖੈਰ ਚਲੋ ਦੇਖਦੇ ਹਾਂ ਹੁਣ ਕੀ ਬਣਦਾ, ਆਪਣੀ ਤਰਫੋਂ ਇਹ ਸਾਰੀ ਜੋ ਹੈਗੀ ਹੈ ਕਾਰਵਾਈ ਹੈ ਪੂਰੀ ਕਰਕੇ ਦੇਖਦੇ ਹਾਂ, ਅੱਗੇ ਫਿਰ ਜਿੱਦਾਂ ਗੁਰੂ ਮਹਾਰਾਜ ਮਿਹਰ ਕਰਨਗੇ ਆਪਣੀ ਤਰਫੋਂ ਕੋਸ਼ਿਸ਼ ਕਰ ਲੈਂਦੇ ਹਾਂ, ਅਤੇ ਅਗਰ ਰਜਿਸਟਰਡ ਹੋ ਜਾਂਦੀ ਹੈ ਸਭ ਵਧੀਆ ਚਲੇ ਜਾਂਦਾ, ਅਤੇ ਫਿਰ ਅੱਗੇ ਜਿੱਦਾਂ ਜਿੱਦਾਂ ਹੋਏਗਾ ਉਹ ਮਹਾਰਾਜ ਗੁਰੂ ਮਹਾਰਾਜ ਆਪੇ ਕਰਨਗੇ। ਸੋ ਇਹ ਜਸਟ ਇੱਕ ਸਟੈਪ ਜੋ ਅੱਜ ਆਪਾਂ ਲੈਣ ਜਾ ਰਹੇ ਹਾਂ ਉਹ ਤੁਹਾਨੂੰ ਜਸਟ ਮੈਂ ਤੁਹਾਡੀ ਨੌਲੇਜ ਵਾਸਤੇ ਕਿ ਇਹ ਆਪਾਂ ਹੁਣ ਇਹਦੇ 'ਤੇ ਇੱਕ ਲੀਗਲ ਸਟੈਪ ਜਿਹੜਾ ਉਹ ਲਵਾਂਗੇ, ਇੱਕ ਕੋਸ਼ਿਸ਼ ਕਰਾਂਗੇ ਕਿ ਕੰਮ ਹੋ ਜਾਏ, ਔਰ ਫਿਰ ਅੱਗੇ ਜਿੱਦਾਂ ਗੁਰੂ ਮਹਾਰਾਜ ਕਿਰਪਾ ਕਰਨਗੇ। ਸੋ ਤੁਸੀਂ ਵੀ ਸਾਰੇ ਜੋ ਹੈ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਓ ਕਿ ਇਹ ਆਪਣੀ ਜੋ ਐਨ ਜੀ ਓ ਹੈ ਉਹ ਰਜਿਸਟਰਡ ਹੋ ਜਾਏ, ਔਰ ਆਪਾਂ ਜਿਹੜਾ ਕੰਮ ਕਰਦੇ ਹਾਂ ਉਹ ਕੰਮ ਨੂੰ ਆਪਾਂ ਹੋਰ ਵੱਧ ਚੜ੍ਹ ਕੇ ਸਹੀ ਤਰੀਕੇ ਨਾਲ, ਜੈਨੂਨ ਤਰੀਕੇ ਨਾਲ ਆਪਾਂ ਕਰ ਸਕੀਏ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸਤਿ ਸ਼੍ਰੀ ਅਕਾਲ ਜੀ।